अजकल लोगों च गल सहने की शक्ति बिल्कुल ही खत्म हो गई है। निक्की निक्की गल ते लोग एक दूजे नू मरन मारन के पिछे लग जाते हैं। ऐसा ही एक मामला आया अमृतसर के गुरु अर्जन देव नगर तो, जिथे समोसिया के पैसे नू लेकर ग्राहक अते दुकानदार दे विच झगड़ा हो गया। इस दौरान हलवाई वालों ग्राहक के घर के 6 लोगों के उपर कढ़ाई तो गर्म तेल पा दिता गया। पीड़िता ने दसिया कि उन्होंने छोटी बच्ची नू 40 रुपए लेकर समोसे लैन भेजे सी, पर छोटी बच्ची 2 समोसे लेकर आई पर बकाया लेकर नहीं आई। जो तो परिवार वाले हलवाई कोल गए इस बारे गल करन लई तां दोनां दे विच झगड़ा हो गया, जिदे परिणाम रूप हलवाई ने ग्राहक ते अते 6 लोगों के उपर गर्म तेल पाता। इहदे करके ही आपसी रंजिश जिहड़ी ओह वधदी चली गई ते तकरार भी देखन नू मिली। रब ही मनेगा, ठीक है जी। ਅਸੀਂ ਕਿਸੇ ਕੋਲ ਨਹੀਂ ਕੋਈ ਮੰਗ ਮੰਗਦੇ, ਅਸੀਂ ਕਿਹੜਾ ਉਹਦਾ ਹੀ ਭਲਾ ਹੋਵੇ ਜਿਹਨੇ ਸਾਡੇ ਮਾਰਿਆ ਦਾਤਰ ਮੇਰੇ ਬੱਚੇ ਦੇ। ਅਸੀਂ ਪ੍ਰਭੂ ਵਾਲੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ, ਅਸੀਂ ਗਾਲ ਨਹੀਂ ਕੱਢਦੇ, ਉਹਦਾ ਭਲਾ ਹੀ ਹੋਵੇ। ਠੀਕ ਹੈ ਜੀ। ਤੁਹਾਡਾ ਗੀਤਾ ਹਾਂਜੀ, ਕੀ ਆ ਚੱਕਰ ਲੜਾਈ ਦਾ, ਕੀ ਕਾਰਨ ਬਣਿਆ ਜੀ? ਮੇਰਾ ਬੱਚਾ ਗਿਆ ਸੀ ਸਮੋਸੇ ਲੈਣ। ਕਿੱਥੇ ਗਿਆ ਸੀ? ਦੁਕਾਨ ਤੇ, ਬੰਟੀ ਦੀ ਦੁਕਾਨ ਤੇ। ਹਾਂਜੀ। ਤੇ ਉਹ ਉੱਥੇ ਮਗਰੇ ਚਲੇ ਗਿਆ, ਦੇਰ ਹੋ ਗਈ, ਤੇ ਕਹਿੰਦੇ ਕਿ ਪੈਸੇ ਨਹੀਂ ਲੈ ਕੇ ਆਇਆ। 20 ਰੁਪਈਏ ਲੈ ਕੇ ਗਿਆ, 40 ਲੈ ਕੇ ਗਿਆ ਸੀ, ਤੇ 2 ਸਮੋਸੇ ਦਿੱਤੇ ਉਹਨਾਂ ਨੇ। ਹਾਂਜੀ। ਤੇ ਕਿਹਾ ਕਿ ਮੈਂ 40 ਭੇਜਿਆ ਵਾ, ਤੇ ਛੋਟਾ ਮੁੰਡਾ ਗਿਆ, ਕਹਿੰਦਾ 40 ਭੇਜਿਆ ਵਾ ਤੇ ਤੂੰ 2 ਸਮੋਸੇ ਦਿੱਤੇ ਆ, ਉਹਨੂੰ ਫੜ ਲਿਆ ਉੱਥੇ, ਤੇ ਫੜ ਕੇ ਤੇ ਉਹਦੇ ਉੱਤੇ ਤੇਲ ਪਾਈ ਗਏ। ਅਸੀਂ ਛਡਾਉਣ ਗਈਆਂ ਤੇ ਸਾਡੇ ਤੇ ਵੀ ਬਾਤ। ਤੇਲ ਕਿੰਨੇ ਪਾਇਆ? ਉਹ ਬੰਟੀ ਨੇ। ਹੋਰ ਕੌਣ ਕੌਣ ਨਾਲ? ਉਹਦਾ ਪਿਓ ਹੀ ਬੰਟੀ ਦਾ, ਤੇ ਉਹਦਾ ਭਰਾ ਹੀ ਵੱਡਾ, ਉਹਦੀ ਮਾਂ ਹੀ, ਚਾਰੇ ਜਾਣੇ ਫੜੇ ਹੀ ਤੇ ਬੰਟੀ ਤੇਲ ਪਾਈ ਜਾਂਦਾ ਹੀ ਉੱਤੇ। ਵਿੱਚੇ ਹੀ ਨੂੰਹ ਵੀ ਆਈ ਸੀ, ਉਹਨੇ ਵੀ ਫੜਿਆ ਸੀ ਸਾਰੇ ਜਾਣੇ, ਤੇ ਅਸੀਂ ਛਡਾਉਣ ਵਾਲੇ ਵੇਖੇ ਤੇ ਭੱਜ ਕੇ ਪਏ ਆ, ਤੇ ਸਾਰੇ ਜਾਣਿਆਂ ਦੇ 5-6 ਜਾਣਿਆਂ ਦੇ ਸਾਡੇ ਵੀ ਪਾ ਕੇ ਆ। ਆਹ ਵੇਖੋ ਹੱਥ ਮੁੰਡੇ ਦਾ ਵੀ, ਤੇ ਆਹ ਇਹਨਾਂ ਦਾ ਵੀ ਹੱਥ ਵੇਖੋ, ਆ ਸਾਰੇ ਛਾਲੋ ਛਾਲੀ ਹੋਏ ਆ, ਸਾਰਿਆਂ ਦੇ ਪਾ ਕੇ ਆ। ਸਮੋਸੇ ਦਾ ਹੀ ਉਹਨਾਂ ਨੂੰ ਹੰਕਾਰ ਹੋ ਗਿਆ। ਅੱਗੇ ਵੀ 3 ਜਾਣਿਆਂ ਨੂੰ ਵੱਢਿਆ ਇਹਨਾਂ ਨੇ, ਅੱਗੇ 3 ਜਾਣਿਆਂ ਨੂੰ ਵੱਢਿਆ, ਹੁਣ ਚੌਥੀ ਸਾਡੀ ਵਾਰੀ ਸੀ, ਸਾਨੂੰ ਵੱਢ ਟੁੱਕ ਦਿੱਤਾ। ਪੁਲਿਸ ਕੋ ਗਏ ਤੁਸੀਂ? ਹਾਂਜੀ, ਪੁਲਿਸ ਕੋ ਗਏ ਤੁਸੀਂ? ਹਾਂਜੀ, ਦਰਖਾਸਤ ਦਿੱਤੀ ਕੋਈ? ਹਾਂ, ਤੇ ਚੌਕੀ ਦਰਖਾਸਤ ਦਿੱਤੀ, ਪਰ ਉੱਥੇ ਕੋਈ ਸੁਣਵਾਈ ਨਹੀਂ ਹੈਗੀ। ਆ ਜਿਹੜਾ ਮੁੰਡਾ ਸਾਲਾ ਦਾ ਵੀ ਦੱਸੋ ਨਾ। ਹਾਂ, ਹਸਪਤਾਲ ਹੈ ਹੀਰਾ, ਹੀਰਾ ਤੇ ਅੰਜੂ ਉੱਥੇ ਵੀ ਆਪੇ ਜਾਣਗੇ। ਮੇਰਾ ਨਾਮ ਪਰਵਿੰਦਰ ਤੇ। ਹਾਂਜੀ, ਸਾਡਾ ਗਵਾਂਢ ਆ, ਅਸੀਂ ਤੇ ਛਡਾਉਣ ਹੀ ਗਏ ਹਾਂ, ਤੇ ਛਡਾਉਂਦੇ ਛਡਾਉਂਦੇ ਅਸੀਂ ਘਰ ਨੂੰ ਵਾਪਸ ਲੈ ਕੇ ਆਉਂਦੇ, ਉਹਨੇ ਮੁੰਡੇ ਨੇ ਪਿੱਛੋਂ ਲਿਆ ਕੇ ਐਡਾ ਮੁੰਗਾ ਭਰ ਕੇ ਪਾ ਦਿੱਤਾ ਉਹਦੇ ਕੋਲ। ਉਹਨੇ ਅਸੀਂ ਵੀ ਨਹੀਂ ਵੇਖਿਆ, ਜਦੋਂ ਸਾਡੇ ਸਾੜ ਪਿਆ ਫਿਰ ਸਾਨੂੰ ਪਤਾ ਲੱਗਾ ਕਿ ਇਹਨੇ ਤੇਲ ਪਾਇਆ ਪਿਆ, ਤੇ ਮੁੰਡੇ ਨੇ ਵਿਚਾਰੇ ਦਾ ਬਹੁਤਾ ਹੀ ਗਾਲ ਦਿੱਤਾ ਇਹਨਾਂ ਨੇ ਫੜ ਕੇ। ਦੁਕਾਨ ਬੰਦ ਕਰਾਉਣੀ, ਜਿਹੜੀ ਦੁਕਾਨ ਤੇਲ ਚੜਾ ਛੱਡਦੇ ਨਾ ਪਾਉਣ ਨੂੰ, ਇੱਥੇ ਨਹੀਂ ਰਹਿਣੇ ਚਾਹੀਦੇ। 6-4 ਜਾਣੇ ਹੀ ਏ, ਤੇ ਪਾਇਆ ਨਿੱਕੇ ਮੁੰਡੇ ਨੇ ਬੰਟੀ ਨੇ। ਕਿੰਨੇ ਜਾਣਿਆਂ ਦਾ ਪਿਆ ਇਹ? 6 ਜਾਣੇ। ਅੱਛਾ ਜੀ, ਇਹਨਾਂ ਦੀ ਬੇਟੀ ਆ, ਇੱਕ ਮੁੰਡਾ ਵੱਡਾ, ਇੱਕ ਆ ਤੇ ਜਿਹਦੇ ਜਿਹਦੇ ਉੱਤੇ ਪਾਇਆ ਉਹ ਤੇ ਬਹੁਤਾ ਵਿਚਾਰਾ ਗਲਿਆ ਪਿਆ, ਉਹਦਾ ਤੇ ਬਹੁਤ ਹੀ ਬੁਰਾ ਹਾਲ। ਪੁਲਿਸ ਵੱਲੋਂ ਕੀ ਮੰਗ ਕੀਤੀ ਗਈ? ਪੁਲਿਸ ਵਾਲੇ ਕਹਿੰਦੇ ਕਿ ਜਾਓ ਘਰਾਂ ਨੂੰ ਜਾਓ, ਕਹਿੰਦੇ ਵੀ ਬੀਏ ਅਸੀਂ ਜੋ ਕਰਨਾ ਕਰ ਲੈਣਾ, ਉਹ ਕਹਿੰਦੇ ਘਰਾਂ ਨੂੰ ਜਾਓ। ਉਹਨਾਂ ਨੇ ਪੈਸੇ ਲੈ ਲਏ ਉਹਨਾਂ ਤੋਂ, ਉਹਨਾਂ ਨੇ ਪੈਸੇ ਲੈ ਲਏ ਉਹਨਾਂ ਤੋਂ, ਅੱਗੇ ਗਏ ਨੇ ਅੰਦਰ ਵੜ ਕੇ ਗਏ ਆ, ਕਹਿੰਦੇ ਕਿ ਅਸੀਂ ਜੋ ਆਊਗਾ ਹਸਪਤਾਲੋਂ ਪਰਚਾ ਤੇ ਫਿਰ ਅਸੀਂ ਜੋ ਕਰਵਾਈ ਕਰਨੀ ਕਰਨੀ ਆ, ਉਹਨਾਂ ਨੇ ਪੈਸੇ ਚੜ ਗਏ ਆ ਉਹਨਾਂ ਦੇ। ਬਲਜਿੰਦਰ ਸਿੰਘ ਜੀ, ਕੀ ਚੱਕਰ ਕੀ ਹੈ ਸਾਡੇ ਮਾਮਾ ਦੇ ਤੇਲ ਪੈਲ? ਅਸੀਂ ਜੀ ਛਡਾਉਣ ਗਏ ਹਾਂ, ਲੜਦੇ ਸੀ,
तो छडाउन तो पहले लड़दे लड़दे उन्हें तेल फड़ के डोरी भर के पाती है तो नाल बच्चे भी सारे वो सानू पता नहीं लगा साडा साइड मुंह ही उन्हें फड़ के डोरी पाती सारे दे ते सारे दे पै गया मेरे को बस साडा इना ही छडाउन गया ही पया जी आंड गवान है छडाउना ते हुंदा ही है जी गल कुछ भी नहीं समोसे लैन गए तो इन्होंने कैमरा भी चेक कर लिया तो पैसा तो पंगा पै गया जी बच्चा समोसे लैन गया वो करके लड़ाई हुई सारी माहौल यो जी वो कहें इन्हों का बेटा ज्यादा तेल पिया हॉस्पिटल का गुड़िया भी इन्हों ओद बच्चे गुड़िया के छोटे छोटे सारे इदा घूम डे बच्चे से भी पै गया बहुत ज्यादा दूजी पार्टी ने तेल पाता वा जी ते ओही सीसीटीवी कैमरे खंगालन दे वेखांगे वेरीफाई करांगे जो बंदी कारवाई अमल च लियावांगे दातर आ जिहड़ियां बीबियां घुमंदियां इन्हां दे नाल बंदे जिहड़े इन्हां दे नाल लेकिन जिहड़ा परिवार आ परिवार कहिंदा पिया कि बच्चे समोसे लैण गए कि बच्चे दातर थोड़ी लैण गए बच्चे थोड़ी बच्चे बच्चियां दे फादर मदर जिहड़े जिहड़े नाल पेरेंट्स सी ओह दातर लैके गए अहीं सीसीटीवी कैमरे कढ़ा ले आ जी रिकॉर्डिंग साडे कोल है जी हां जी जो बंदी डॉक्टर साहब जो रिपोर्ट देंगे मुताबिक कार्रवाई हो जाएगी।